मैं तो गोली वाली गेम बड़ी पसंद है। कौन सी गोली वाली? कौन सी? जो संगल नहीं पाया होता एडा वड्डा गोला होता एडा नहीं होता छोटा होता है। पता नहीं मैंने एडा वड्डा गोला जो फेंकते हैं थ्रो मारी नेजा टारगेट तो नहीं वजा चीफ गेस्ट के मत्थे जाके वजा। अच्छा आपको पता है इस किस्म के इंसिडेंट्स हो जाते हैं और बड़े खौफनाक होते हैं। ये देखिए ना आप एक स्पोर्ट्समैन ने वो नेजा थ्रो किया है और देखे कहां जाके पेवस्त हो गया। हुई 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 हुई। पहले शेर भी लिखिया सी की पविस्तर है नेजे से उम्मीद दे बाहर जा। ਸਾਜੀ ਮੈਨੂੰ ਤਾਂ ਵਾਂਸ ਵਾਲੀ ਗੇਮ ਪਸੰਦ ਹੈ ਜਿੰਨਾ ਜੰਪ ਕਰਕੇ ਬੰਦਾ ਇੰਜ ਕਰਕੇ ਉੱਤੋਂ ਦੀ ਆ ਕੇ ਡਿੱਗਦਾ ਨਾ ਆਪਣੀ ਜਗ੍ਹਾ ਤੇ ਉਹ ਬੜੀ ਪਸੰਦ ਹੈ। ਜਦੋਂ ਮੈਂ ਓਲੰਪਿਕ 'ਚ ਹਿੱਸਾ ਲਿਆ ਨਾ ਮੁਖਾਲਫ ਟੀਮ ਨੇ ਮੇਰੀ ਜਗ੍ਹਾ ਤੇ ਨਾ ਬਹੁਤ ਹੀ ਲਚਕ ਵਾਲਾ ਵਾਂਸ ਰੱਖਤਾ। ਸਾਜੀ ਮੈਂ ਇੰਜ ਕਰਕੇ ਜੰਪ ਕੀਤਾ ਮੈਂ ਟਾਰਗੇਟ ਤੋਂ ਵੀ ਅੱਗੇ ਨਿਕਲ ਗਈ ਤੇ ਬਿਜਲੀ ਦੀ ਤਾਰਾਂ ਦੇ ਉੱਤੇ ਡਿੱਗਿਆ ਪੂਰੇ ਓਲੰਪਿਕ ਦੀ ਬੱਤੀ ਟੁੱਟ ਗਈ। ਤੇ ਪੱਕੇ ਪਲੇਅਰ ਹੁੰਦੇ ਸਨ ਮੈਚ ਖਤਮ ਵੀ ਹੋ ਜਾਣਾ ਫਿਰ ਵੀ ਉਹਨਾਂ ਨੇ ਗੋਲ ਕਰੀ ਜਾ। ਹੋਏ ਅੱਲਾ ਤੁਸੀਂ ਸਮੀਉੱਲਾ ਸਾਹਿਬ ਦਾ ਨਾਮ ਲਿਆ ਤੇ ਮੈਨੂੰ ਯਾਦ ਆਇਆ ਮੈਂ ਤੇ ਉਹ ਬੰਦਾ ਲੱਭ ਰਹੀ ਹਾਂ ਜਿਹਨੇ ਸਮੀਉੱਲਾ ਸਾਹਿਬ ਦੇ ਮੁਜੱਸਮੇ ਤੋਂ ਇਹ ਹਾਕੀ ਤੇ ਗੇਂਦ ਚੋਰੀ ਕੀਤਾ। ਮੈਂ ਉਹਨੂੰ ਨਹੀਂ ਦੱਸਣਾ ਮੈਂ ਤੁਹਾਨੂੰ ਦੱਸ ਦੇਵਾਂ। ਉਹ ਬੰਦਾ ਲੱਭੇ ਨਾ ਲੱਭੇ ਤੂੰ ਸਾਡੀ ਬਾਜੀ ਦਾ ਡੇਲਾ ਕੱਢ ਦੇਣਾ। ਚਾਜੀ ਮੈਂ ਤੇ ਐਡੀ ਸੋਹਣੀ ਹਾਕੀ ਖੇਡਦੀ ਹੁੰਦੀ ਸਾਂ ਜੇ ਮੈਂ ਖੇਡਦੀ ਰਹਿੰਦੀ ਨਾ ਤੇ ਮੇਰਾ ਵੀ ਮੁਜੱਸਮਾ ਬਣਿਆ ਹੋਣਾ ਸੀ ਇੰਜ ਕਰਕੇ। ਤੇਰਾ ਮੁਜੱਸਮਾ ਅਗਰ ਲੱਗਣਾ ਸੀ ਨਾ ਲੋਕਾਂ ਨੇ ਹਾਕੀ ਛੱਡ ਦੇਣੀ ਸੀ ਤੈਨੂੰ ਚੋਕ ਕੇ ਲੈ। ਵੈਸੇ ਇਹਦੀ ਅਗਰ ਹਾਕੀ ਚੋਰੀ ਹੋ ਵੀ ਜਾਂਦੀ ਇਹਨੂੰ ਪ੍ਰੋਬਲਮ ਤੇ ਕੋਈ ਨਹੀਂ ਸੀ ਇੰਜ ਕਰਕੇ ਤੇ ਖਲੋਤੀ। ਇਹਨੇ ਸਿਰਫ ਸਟਾਈਲ ਚੇਂਜ ਕਰਨਾ ਸੀ ਪੈਸਿਆਂ ਦਾ ਢੇਰ ਲੱਗ ਜਾਣਾ ਸੀ। ਕੀ ਮਤਲਬ? ਇਹਨੇ ਇੰਜ ਦੀ ਬਜਾਏ ਇੰਜ ਕਰਨਾ ਨਾਲ ਥੋੜੀ ਥੋੜੀ ਦੇਰ ਬਾਅਦ ਇੰਜ ਇੰਜ ਵੀ ਕਰਨਾ। ਅਸਲਾਮ ਅਲੈਕਮ ਜੀ। ਹਾਏ ਮੈਂ ਸਦਕੇ ਜਾਵਾਂ ਬਾਜੀ ਪੱਪੀ ਲਹਿਰੀ ਸਾਹਿਬ ਆਏ ਨੇ। ਚਲੋ ਬਈ ਚਲੋ ਸਿੱਧੇ ਹੋ ਜਾਓ ਜਲਦੀ ਨਾਲ ਆਓ ਬੈਠੋ ਤਸ਼ਰੀਫ ਰੱਖੋ। ਐਜ ਕੀ ਕਿਹੜਾ ਫੰਕਸ਼ਨ ਲੈ ਕੇ ਆਏ ਹੋ? ਮੈਂ ਓਲੰਪਿਕਸ ਦੇ ਵਿੱਚ ਨਾ ਸ਼ੋਅ ਰੇਂਜ ਕੀਤਾ ਹੈ। ਓਲੰਪਿਕਸ ਦੇ ਬਿਲਕੁਲ ਵਿੱਚ ਨਹੀਂ ਬਾਜੀ ਜਿਵੇਂ ਕ੍ਰਿਕਟ ਦੇ ਮੈਚ ਅੱਜ ਨਹੀਂ ਛੱਕੇ ਚੌਕੇ ਤੇ ਡਾਂਸ ਸ਼ੁਰੂ ਹੋ ਗਿਆ ਆਹੋ ਉਸੇ ਤਰ੍ਹਾਂ ਸਾਨੂੰ ਓਲੰਪਿਕਸ ਦੇ ਵਿੱਚ ਲੈ ਕੇ ਜਾ ਰਹੇ ਨੇ। ਮੈਂ ਬੜਾ ਵੱਡਾ ਸ਼ੋਅ ਅਰੇਂਜ ਕੀਤਾ ਉੱਥੇ। ਵੇ ਸਬਦਰ ਆ ਕੌਣ? ਇਹ ਡਾਕਟਰ ਲੈ ਕੇ ਆਇਆ ਮੈਂ। ਇਸ ਡਾਕਟਰ ਨੂੰ ਪਹਿਲੇ ਕਿਸੇ ਡਾਕਟਰ ਨੂੰ ਇੱਥੇ ਬੁਖਾ। ਡਾਕਟਰ ਸਾਹਿਬ ਇਹਨਾਂ ਦੇ ਕਰੋਨਾ ਦੇ ਟੈਸਟ ਕਰੋ ਇਕੱਲੇ ਇਕੱਲੇ ਦੇ। ਅੱਛਾ ਦੇਖੀਏ ਕਰੋਨਾ ਕਾ ਯਹਾਂ ਜ਼ਿਕਰ ਆਇਆ ਤੋ ਪੂਰੇ ਪਾਕਿਸਤਾਨ ਕੋ ਇਸ ਮਾਮਲੇ ਮੇਂ ਅਬ ਗੈਰ ਮਾਮੂਲੀ ਇਹਤਿਆਤ ਕਰਨੀ ਚਾਹੀਏ। ਮੈਂ ਲੋਗੋਂ ਕੋ ਡਰਾਨਾ ਨਹੀਂ ਚਾਹ ਰਹਾ ਮਗਰ ਸੱਚੀ ਬਾਤ ਇਹ ਹੈ ਕਿ ਮੁਹਤਾਤ ਤੋ ਆਪਕੋ ਰਹਿਣਾ ਚਾਹੀਏ। ਜੀ 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 ਤੁਸੀਂ ਜਜ਼ਬਾਤੀ ਹੋ ਗਏ ਇੱਥੇ ਬ੍ਰੇਕ ਨਾ ਲੈਣਾ ਇਹਨੇ ਸਾਨੂੰ ਅਜੇ ਐਡਵਾਂਸ ਦੇ ਯਾਨੀ ਤੁਹਾਡਾ ਇਰਾਦਾ ਨਹੀਂ ਹੈਗਾ ਕੋਈ ਪੈਸੇ ਪੂਏ ਇਕੱਠੇ ਕਰਨ ਦਾ। ਮੇਰਾ ਮਕਸਦ ਮੈਂ ਡਾਕਟਰ ਨੂੰ ਲਵਾਂ ਤੇ ਮੈਂ ਕਿਸੇ ਹੋਰ ਡੇਰੇ ਤੇ ਚਲੇ ਜਾਵਾਂ। ਗੁੱਸੇ ਹੀ ਕਾ ਗਏ ਪੱਪੀ ਲੈਰੀ ਜੀ ਇੱਕ ਤੇ ਤੇਰਾ ਨਾਂ ਹੀ ਸਿੱਧਾ ਸਿੱਧਾ ਪਰਚਾ ਕਰਾਉਣ ਵਾਲਾ। ਜਿੰਨੇ ਦਿਨ ਓਲੰਪਿਕਸ ਚੱਲੇਗਾ ਨਾ ਉਹਨੇ ਦਿਨ ਰੋਜ਼ਾਨਾ ਸ਼ੋਅ ਕਰਨ। ਕੀ ਚੱਲੇਗਾ ਜੀ ਓਲੰਪਿਕਸ? ਇਹ ਗੌਰ ਕੀਤੇ ਬਾਜੀ ਇਹ ਗੱਲ ਬੰਦ ਵੀ ਕਰ ਦੇਣੇ ਇਹਦੇ ਮੂੰਹ ਚੋਂ ਸੀ ਦੀ ਆਵਾਜ਼ ਆਉਂਦੀ। ਮੈਂ ਜਿਹੜਾ ਓਲੰਪਿਕ ਦੇ ਵਿੱਚ ਪ੍ਰੋਗਰਾਮ ਕਰਦਾ ਨਾ ਉਹ ਪੂਰੀ ਦੁਨੀਆ ਦੇ ਖਿਡਾਰੀਆਂ 'ਚ ਮਸ਼ਹੂਰ ਆ। ਅੱਛਾ ਉਹ ਮੇਰਾ ਪ੍ਰੋਗਰਾਮ ਯੂਸੈਨ ਬੋਲਟ ਆਪਣੀ ਦੌੜ ਛੱਡ ਕੇ ਦੇਖਣ ਆਇਆ। ਯੂਸੈਨ ਬੋਲਟ ਨੇ ਇਹਦਾ ਪ੍ਰੋਗਰਾਮ ਵੇਖਿਆ ਉਹ ਦੂਜੇ ਪਾਸੇ ਦੌੜਨ ਲੱਗ ਗਿਆ। ਯੂਸੈਨ ਬੋਲਟ ਤੇ 100 ਮੀਟਰ 1 ਮਿੰਟ 'ਚ ਕਰਦਾ ਸੀ ਨਾ। 1 ਮਿੰਟ ਮੇ ਨਹੀਂ ਚੰਦ ਸੈਕਿੰਡਸ ਮੇ। ਆ ਇਹ ਸੈਕਿੰਡ ਵੀ ਨਹੀਂ ਲਾਉਂਦਾ। ਇਹਨੂੰ ਤੁਸੀਂ ਸਿਰ ਦੂਰੋਂ ਨਾਨ ਵਿਖਾਓ ਇਹ ਓਲੰਪਿਕਸ 'ਚ ਤੁਹਾਨੂੰ ਸਿੱਧਾ ਅਟਲਾਂਟਾ ਮਿਲੇਗਾ। ਡਾਕਟਰ ਸਾਹਿਬ ਲੱਗਦਾ ਇਹਨਾਂ ਦਾ ਮੂਡ ਨਹੀਂ ਹੈਗਾ। ਚੁੱਪ ਕਰਕੇ ਇਹ ਪੇਮੈਂਟ ਜਿਹੜੀ ਯੂਸੈਨ ਬੋਲਟ ਨੂੰ ਦਿੰਨੇ ਆ ਉਹਦੀ ਦੌੜ ਉੱਥੇ ਲਵਾ ਦੇਵਾਂਗੇ। ਉੱਠੋ ਤੁਸੀਂ ਨਹੀਂ ਅਸੀਂ ਰਹਿਣਾ ਹੀ ਨਹੀਂ ਯਾਰ। ਹੱਟ ਹੋ ਗਈ ਆ ਟੱਪੀ ਲੈਰੀ ਸਾਹਿਬ ਤੁਸੀਂ ਗੁੱਸਾ ਕਰ ਗਏ ਓਏ ਕਾਹਦਾ ਰੌਲਾ ਪਾਇਆ ਇੱਥੇ? ਅੱਛਾ ਮੈਂ ਕਹਾਂ ਜਾ ਕੇ ਹਿਲੋ ਕੋਈ ਨਾ ਓਏ ਕਿੱਥੇ ਲੈ ਕੇ ਚੱਲਾਂ ਓਏ ਇਹਨਾਂ ਨੂੰ? ਮੈਂ ਇਹਨਾਂ ਨੂੰ ਓਲੰਪਿਕਸ ਹੀ ਲੈ ਕੇ ਚੱਲਾਂ। ਓਏ ਇਹ ਕਿਹੜਾ ਵੀ ਐਥਲੀਟ ਦੇ ਕਾਰੀਗਰ ਨੇ ਹੈ ਇਹਨਾਂ ਨੂੰ ਲੈ ਕੇ ਚੱਲਾਂ? ਇਹਨਾਂ ਨੂੰ ਇੰਨੀ ਕੁ ਜਗ੍ਹਾ ਦੇ ਵਿੱਚ ਭਾਵੇਂ 4 ਘੰਟੇ ਨੇ ਚਾਲਾ ਇਹ ਸਿੱਧੇ ਨਹੀਂ ਭੱਜ ਸਕਦੇ ਮੈਨੂੰ ਪਤਾ ਇਹਨਾਂ ਦਾ। ਤੂੰ ਫਿਰ ਸਾਡੇ ਪ੍ਰੋਗਰਾਮ 'ਚ ਛਾਪੇ ਪੈਂਦੇ ਨੇ ਵੇਖੇ ਉੱਥੇ ਕੀ ਹੁੰਦਾ? ਯੂਸੈਨ ਬੋਲਟ ਤੋਂ ਜ਼ਿਆਦਾ ਤੇਜ਼ ਦੌੜਨੇ ਅਸੀਂ ਬਲਕਿ ਕਈ ਵਾਰੀ ਯੂਸੈਨ ਬੋਲਟ ਨੂੰ ਚੋਖੇ ਵੀ ਦੌੜ ਪਈ। ਭਾਜੀ ਇੱਧਰ ਆ ਯੂਸੈਨ ਬੋਲਟ ਨੂੰ ਜਾਣਦੇ ਹੋ? ਮੈਂ ਜਾਣਦਾ ਹਾਂ ਬਹੁਤ ਤੇਜ਼ ਦੌੜਦਾ। ਹਾਂ ਉਹ ਓਲੰਪਿਕ 'ਚ ਨਹੀਂ ਸੀ ਦੌੜਿਆ ਉਹਦਾ ਧਿਆਨ ਅਚਾਨਕ ਬਾਜੀ ਵੱਲ ਪੈ ਗਿਆ ਉਹ ਦੌੜ ਗਿਆ ਇੱਧਰ ਉਹ ਦੌੜ ਗਿਆ ਇੱਧਰੋਂ ਬਾਜੀ ਦੌੜ ਗਏ। ਬਾਜੀ ਤੇ ਥੋੜ੍ਹੀ ਦੇਰ ਬਾਅਦ ਰੁਕ ਗਈ ਸੀ ਉਹ ਅੱਜ ਤੱਕ ਦੌੜਨ ਗਿਆ। ਪਹਿਲੇ ਤੋਂ ਮਸ਼ਲ ਚੁੱਕ ਕੇ ਦੌੜਦਾ ਸੀ ਨਾ ਬਾਜੀ ਨੂੰ ਵੇਖ ਕੇ ਉਹਨੇ ਹੱਥ 'ਚ ਸੋਟਾ ਫੜਿਆ। ਅਰੇ ਜੱਗ ਵਿੱਚ ਤੁਮਾਂ ਪਈਆਂ ਅੱਜ ਸਾਡੇ ਦਿਲਦਾਰ ਦੀਆਂ ਆਵੇਗਾ ਜਨ ਮਾਹੀ ਕਰਾਂਗੀ ਗੱਲਾਂ ਪਿਆਰ ਦੀਆਂ ਓ ਆਵੇਗਾ ਜਨ ਮਾਹੀ।
बस कर बाजी आ गया चन माही। ओ नहीं ओ माही ओनू ना कह उस माही ने जेहो जेहा जो सूट पाया उन्हें आ भी जाना ही। मैं सदके जावा इमरान खान ते वसीशा कदी कदी तैयार होंदे ने। तेरा खाना खराब कदी सियासत तो हट भी जाया कर। वसीशा जी आज को खास तैयारी है बड़े बुलंद है वो। हमारे मेहरबान दोस्त हैं सहेब गुलजार साहब। तुहाडे कौन मेहरबान ने गे? उन्होंने जनाब ये स्पेशल सूट्स भिजवाए हैं तुमने पहन लिए? सहेब गुलजार जी जी आए सदके जावा ना ही साडे अर गई भाई। अच्छा सुहेब गुलजार ही सिर्फ ताड़े दोस्त है या कोई साडे अरगा भी है? क्या मतलब? को खाजा सराव भी वाकिफ है कि नहीं? हाँ हाँ बहुत सारे यार। हाय बाजी नहीं नहीं एक सेकंड इसमें हाँ हाय करने की क्या जरूरत? नहीं मतलब ताड़ी दोस्ती मौत देखो तो पहके भी शेर लिखते रहे। आपकी मर्दों से दोस्ती होती है खवातीन से एक बड़ा एहतराम का दोस्ती का ताल्लुक है। तुसी किस पॉइंट से पाउंदे हो? हाँ तो इसी तरह से जो ट्रांसजेंडर्स हैं खाजा सरा हैं वो भी दोस्त हो सकते हैं और होते हैं और हैं और बड़ा एहतराम का ताल्लुक है उनसे। एहो जे बंदे ने कुकड़ा नूं भी यार बनाया हुंदा खुड्डे च मूंह देके ना शेर दे बहाने कुकड़ी नूं ला के ते उहदा आंडा चुक लैंदे। एक वारी तेरे ने दो तीन शेर सुनाए कुकड़ी कहंदी मेरे च इन्नी हिम्मत नहीं। आप ये बताइए कि आज आप लोग इतना खुश क्यों हैं? असि पाकिस्तान ही किए मैं पाकिस्तान जगर कोई तरक्की होएगी कोई ना रोशन होएगा। आज एक नौजवान ने केटू सर कीता सी ओदी खुशी च नचण डियां जे। हां आप शहरोज काशिफ की बात कर रहे हैं? ते होर बैरोज सब्जवारी दी गल करन दे। वो भी कमाल के आर्टिस्ट हैं वो भी प्राइड हैं पाकिस्तान का मगर यार ये शहरोज काशिफ ने तो दिल ही जीत लिए। वैसे बैरोज सब्जवारी बुढ़ा नन्ना होंदा उन्हें भी केटू सर कर दे उते ऑक्सीजन भी नहीं होंदी। नहीं उसका बकायदा इहतमाम करना पड़ता है इसलिए तो कहने कि सानू लैके जाओ असि जरा ऑक्सीजन का बंदोबस्त करी रखिए। तेरा खाना खराब तू सारी ऑक्सीजन चूप जानी। अच्छा केटू ते बता आम लिबास च भी जा सकदा है? नहीं मखसूस लिबास होता है। मैं उसे साड़ी च जाना ताकि तुसी कह सको महंगे लिबास वाले सभी मांद पड़ गए सादी सी साड़ी में वो बड़ी जानदार है। आप साड़ी में केटू सर करेंगी? लो तुसी मेरे केटू सर कर दे। वैसे मेरा बड़ा दिल करता है मैं सारिया पहाड़ियां सार करा। अच्छा एक पहाड़ी ने मैं सर करनी नांगा पर्वत। क्यों? वो पता नहीं केड़े हाल च बैठा। और आप इस नौजवान की ये जो कामयाबी है जो यकीनन पाकिस्तान की कामयाबी है इसकी अहमियत का अंदाजा इससे भी करें कि अगेन केटू को सर करना जुए शीर लाने के मुतरादिफ है। 1953 में 1953 में एक अमेरिकन को पहमा था उसने इस पहाड़ी को केटू नु जी 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 खतरनाक होने की वजह से सेविज माउंटेन का नाम दिया था यानी कि खूनी पहाड़। इतनी मुश्किल है ये पहाड़ी। आ केटू सर करके ना इस मुंडे दा झाका लथ गया इन्हें किस दिन चन नु पौड़ी ला लेनी। हाय मेरा तो बड़ा दिल कर दे मैं पहाड़ी सिलसिले वेखा उसे अपने को सिलसिले बनावा। आप अकेले कभी पहाड़ पे गए? मैं गया हूँ अकेले पहाड़ पे मगर इतने ऊंचे पहाड़ पे नहीं गया। तो की फायदा शादी कल्ले पहाड़ पे जाने दा इधर ना बंदा घर ही रहे और बर्फानी रेछ नाल ले जाने।